ਭਾਜਪਾ ਦੀ ਸੋਚ ਵਿੱਚ ਕਿਸਾਨਾਂ ਦੇ ਅੰਦੋਲਨ ਪ੍ਰਤੀ ਕੁਝ ਨਰਮ ਬਦਲਾਅ ਆਉਣਾ ਕਿਸਾਨਾਂ ਦੇ ਅੰਦੋਲਨ ਦਾ ਪ੍ਰਭਾਵ ਹੈ। 30 ਦਸੰਬਰ ਨੂੰ ਕੇਂਦਰ ਸਰਕਾਰ ਅਤੇ 40 ਕਿਸਾਨ ਆਗੂਆਂ ਦਰਮਿਆਨ ਹੋਈ ਬੈਠਕ ਵਿੱਚ ਪਰਾਲੀ ਅਤੇ ਬਿਜਲੀ ਐਕਟ ਨੂੰ ਕਾਨੂੰਨ ਨੂੰ ਨਾ ਬਣਾਉਣ ਦਾ ਜੋ ਫੈਸਲਾ ਲਿਆ ਗਿਆ ਹੈ, ਉਸ ਨਾਲ ਦੋਵਾਂ ਧਿਰਾਂ ਨੂੰ ਕੁਝ ਰਾਹਤ ਮਿਲੀ ਹੈ। ਪਰ ਕੇਂਦਰੀ ਲੀਡਰਾਂ ਨੂੰ 4 ਜਨਵਰੀ ਨੂੰ ਹੋਣ ਵਾਲੀ ਦੋ ਧਿਰਾਂ ਦੀ ਮੀਟਿੰਗ ਤੋਂ ਪਹਿਲਾਂ ਇਹ ਤੈਅ ਕਰਨਾ ਹੋਵੇਗਾ ਕਿ ਕਾਰਪੋਰੇਟ ਘਰਾਣੇ ਦੇ ਨਾਲ ਕੀਤੇ ਗਏ ਵਾਅਦੇ ਅਤੇ ਕਰਜ਼ੇ ਦੀ ਵਾਪਸੀ ਦਾ ਤਰੀਕਾ ਕੁਝ ਨਰਮ ਕਰਕੇ ਉਸ ਵਿੱਚ ਕੋਈ ਵੀ ਸਹੀ ਫੈਸਲਾ ਲੈਣ ਨਾਲ ਪਹਿਲਾਂ ਬਦਲਾਅ ਕਰਨ ਦੀ ਰਣਨੀਤੀ ਤਿਆਰ ਕਰਨੀ ਹੋਵੇਗੀ। ਪਰ ਜੇਕਰ ਅਜਿਹਾ ਨਾ ਹੋਇਆ ਤਾਂ 30 ਦਸੰਬਰ ਨੂੰ ਹੋਏ ਦੋਵਾਂ ਫੈਸਲਿਆਂ 'ਤੇ ਪਾਣੀ ਫਿਰਨਾ ਲਾਜ਼ਮੀ ਹੈ। ਜਦਕਿ ਹਾਲਾਤ ਮੁਤਾਬਕ ਕੋਈ ਠੋਸ ਸਮਝੌਤਾ ਹੋਣ ਦੀ ਸੰਭਾਵਨਾ ਘੱਟ ਨਜ਼ਰ ਆਉਂਦੀ ਹੈ। ਕੋਈ ਵੀ ਪਾਰਟੀ ਸੱਤਾ ਵਿੱਚ ਹੋਵੇ, ਉਸ ਪਾਰਟੀ ਦਾ ਕਾਰਪੋਰੇਟ ਘਰਾਣੇ ਦੇ ਨਾਲ ਅਟੁੱਟ ਰਿਸ਼ਤਾ ਹੋਣਾ ਸੱਤਾ ਦਾ ਨਿਰਮਾਣ ਸਾਬਤ ਹੁੰਦਾ ਰਿਹਾ ਹੈ। ਇਸ ਲਈ ਤਾਜ਼ਾ ਮਾਮਲਾ ਹੋਵੇ ਜਾਂ ਪਿਛਲੇ ਸਮੇਂ ਕਾਰਪੋਰੇਟ ਘਰਾਣੇ ਦੇ ਪੱਖ ਵਿੱਚ ਕੀਤੇ ਗਏ ਫੈਸਲੇ ਹੋਣ, ਉਹ ਆਉਣ ਵਾਲੇ ਸਮੇਂ ਵਿੱਚ ਰੋਕੇ ਵੀ ਨਹੀਂ ਜਾ ਸਕਦੇ। 4 ਜਨਵਰੀ ਦੀ ਬੈਠਕ ਦਾ ਆਧਾਰ ਭਾਜਪਾ ਦੇ ਗਲੇ ਵਿੱਚ ਫਸੀ ਉਸ ਹੱਡੀ ਵਾਂਗ ਹੈ ਜੋ ਚੋਣ ਕਾਰਜਦਾਰ ਹੋਣ ਕਾਰਨ ਆਪਣੀ ਜਗ੍ਹਾ ਤੋਂ ਹਿੱਲ ਨਹੀਂ ਸਕਦੀ। ਇਹੀ ਕਾਰਨ ਹੈ ਕਿ ਵਿਕਾਸ ਦੇ ਨਾਂ ਉੱਤੇ ਇਹਨਾਂ ਕਾਰਪੋਰੇਟ ਘਰਾਣਾਂ ਲਈ ਉਦਯੋਗਿਕ ਵਿਕਾਸ ਕਰਨ ਲਈ ਸਰਕਾਰੀ ਜ਼ਮੀਨ ਨੂੰ ਮਿੱਟੀ ਦੇ ਭਾਅ ਵਿੱਚ ਦੇਣਾ ਸੱਤਾਧਾਰੀ ਪੱਖ ਦੀ ਮਜਬੂਰੀ ਵੀ ਹੁੰਦੀ ਹੈ। ਇਸ ਆਧਾਰ ਤਹਿਤ ਕਾਲੇ ਕਾਨੂੰਨ ਲਿਆਂਦੇ ਗਏ ਜਿਨ੍ਹਾਂ ਨੂੰ ਬਣਾਉਣਾ ਕੇਂਦਰ ਸਰਕਾਰ ਦੀ ਮਜਬੂਰੀ ਵੀ ਹੈ। ਵਿਦੇਸ਼ਾਂ ਤੋਂ ਖੁੱਲ੍ਹਾ ਹੁੰਗਾਰਾ ਅਤੇ ਖੁੱਲ੍ਹੀ ਆਰਥਿਕ ਮਦਦ ਮਿਲਣ ਦੇ ਨਾਲ ਇਹ ਅੰਦੋਲਨ ਬੁਲੰਦੀਆਂ ਨੂੰ ਛੂ ਰਿਹਾ ਹੈ। ਇਸੇ ਤਰ੍ਹਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੇ ਪੁੱਤ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਵਿੱਚ ਭਰਤੀ ਹੋ ਕੇ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਬਰਫੀਲੇ ਤੂਫਾਨਾਂ ਅਤੇ ਅੱਤਵਾਦ ਨੂੰ ਖਤਮ ਕਰਨ ਦਾ ਪਹਿਰਾ ਦੇ ਰਹੇ ਨੇ ਜੋ ਲਗਾਤਾਰ ਸ਼ਹੀਦ ਵੀ ਹੋ ਰਹੇ ਨੇ। ਕਿਸੇ ਵੀ ਸਰਕਾਰ ਨੂੰ ਇਹਨਾਂ ਦਾ ਤੋੜ ਕਦੇ ਨਹੀਂ ਮਿਲ ਸਕਦਾ। ਇਹੀ ਕਾਰਨ ਸੀ ਕਿ ਜਦੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਇਆ ਸੀ। ਇਸ ਨਾਰੇ ਤੋਂ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਕੁਝ ਸਿੱਖਿਆ ਲੈਣ ਦੀ ਜ਼ਰੂਰਤ ਹੈ, ਕਿਉਂਕਿ ਇਹ ਨਾਰਾ ਕਾਰਪੋਰੇਟ ਘਰਾਣੇ ਦਾ ਕੋਈ ਵੀ ਮੈਂਬਰ ਕਦੇ ਵੀ ਨਹੀਂ ਲਾਉਂਦਾ, ਜਦਕਿ ਇਹ ਨਾਰਾ ਦੇਸ਼ ਭਗਤੀ, ਏਕਤਾ ਦੀ ਨੀਂਹ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਾ। ਅਸਲ ਵਿੱਚ ਕੇਂਦਰ ਸਰਕਾਰ ਨੇ ਭਾਵੇਂ ਹੀ ਕਿਸਾਨ ਅੰਦੋਲਨ ਦੇ ਪ੍ਰਭਾਵ ਦਾ ਅਹਿਸਾਸ ਕਰਨ ਵਿੱਚ ਕੁਝ ਦੇਰੀ ਤਾਂ ਜ਼ਰੂਰ ਕੀਤੀ ਹੈ, ਪਰ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਰਾਸ਼ਟਰੀ ਖਜ਼ਾਨੇ ਵਿੱਚ ਖੇਤੀਬਾੜੀ ਦਾ ਹਿੱਸਾ ਹੁਣ 15% ਰਹਿਣ ਤੋਂ ਇਲਾਵਾ ਹੋਰ ਘੱਟ ਹੁੰਦਾ ਜਾ ਰਿਹਾ, ਜਦਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਕਿਸਾਨਾਂ ਦੇ ਅੰਦੋਲਨ ਨੂੰ ਠੇਸ ਪਹੁੰਚਾਉਣ ਲਈ ਭਾਵੇਂ ਪ੍ਰਧਾਨ ਮੰਤਰੀ ਫਸਲ ਬੀਮਾ ਤਹਿਤ ਕਰੋੜਾਂ ਰੁਪਏ ਦਾ ਭੁਗਤਾਨ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਖੇਤੀ ਬੀਮੇ ਦਾ 87,000 ਕਰੋੜ ਰੁਪਏ ਵੀ ਦੇ ਚੁੱਕੇ ਨੇ, ਪਰ ਕੇਂਦਰ ਸਰਕਾਰ ਨੂੰ ਇਹ ਸੋਚਣਾ ਹੋਵੇਗਾ ਕਿ 2018 ਦੇ ਸਰਵੇ ਦੇ ਮੁਤਾਬਕ ਦੇਸ਼ ਦੇ 52.7% ਕਿਸਾਨ ਪਰਿਵਾਰ ਕਰਜ਼ੇ ਵਿੱਚ ਡੁੱਬੇ ਹੋਣ ਕਾਰਨ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਨੇ ਅਤੇ ਇਸ ਨੂੰ ਰੋਕਿਆ ਕਿਵੇਂ ਜਾਵੇ। ਇਸ ਦਾ ਹੱਲ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਕੋਲ ਹੈ ਜਿਹੜੇ ਕੇਂਦਰ ਸਰਕਾਰ ਦਾ ਅਰਬਾਂ ਰੁਪਈਆ ਦਾ ਕਰਜ਼ਾ ਵਾਪਸ ਨਾ ਕਰ ਸਕੇ, ਜਦਕਿ ਕਿਸੇ ਵੀ ਸਰਕਾਰ ਨੇ ਪਿੰਡ ਅਤੇ ਪੰਚਾਇਤ ਪੱਧਰ 'ਤੇ ਛੋਟੇ ਲਘੂ ਉਦਯੋਗ ਅਤੇ ਖੇਤੀ ਉਤਪਾਦਨ ਦੇ ਸੁਰੱਖਿਅਤ ਸਟਾਕ ਨਾ ਬਣਾ ਕੇ ਅਤੇ ਫਸਲ ਆਧਾਰਿਤ ਪ੍ਰੋਸੈਸਿੰਗ ਉਦਯੋਗ ਪਿੰਡ ਪੱਧਰ 'ਤੇ ਨਾ ਲਾ ਕੇ ਕਿਸਾਨਾਂ ਨੂੰ ਬਰਬਾਦ ਕਰਨ ਦਾ ਰਸਤਾ ਅਪਣਾਇਆ ਹੋਇਆ, ਜੋ ਕਿਸੇ ਵੀ ਸੱਤਾਧਾਰੀ ਪਾਰਟੀ ਲਈ ਹਮੇਸ਼ਾ ਹਥਿਆਰਾ ਸਾਬਤ ਹੋਵੇਗਾ। 4 ਜਨਵਰੀ ਦੀ ਬੈਠਕ ਵਿੱਚ ਜੇਕਰ ਕੇਂਦਰ ਸਰਕਾਰ 3 ਕਾਲੇ ਕਾਨੂੰਨਾਂ ਵਿੱਚ ਕਿਸਾਨ ਲੀਡਰਾਂ ਦੀ ਸਲਾਹ ਦੇ ਮੁਤਾਬਕ ਕੁਝ ਬਦਲਾਅ ਕਰਕੇ ਨਵੇਂ ਸਮਰਥਨ ਮੁੱਲਾਂ ਨੂੰ ਕਾਨੂੰਨੀ ਦਾਇਰੇ ਤਹਿਤ ਲਿਆਉਣ ਦਾ ਫੈਸਲਾ ਕਰਦੀ ਹੈ, ਤਾਂ ਇਹ ਕਿਸਾਨ ਦੀ ਪੱਕੀ ਜਿੱਤ ਹੋਵੇਗੀ। ਇਸ ਤੋਂ ਇਲਾਵਾ ਇਸ ਸੰਘਰਸ਼ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਕੋਈ ਵੀ ਮੁਆਵਜ਼ਾ ਦੇਣਾ ਸੂਬਾ ਅਤੇ ਕੇਂਦਰ ਸਰਕਾਰ ਦੇ ਹਿੱਤ ਵਿੱਚ ਹੋਵੇਗਾ। ਉਂਝ ਤਾਂ ਇਹ ਸੰਕੇਤ ਮਿਲੇ ਹਨ ਕਿ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਸੰਘਰਸ਼ ਵਾਲੀ ਜਗ੍ਹਾ 'ਤੇ ਇੱਕ ਸ਼ਹੀਦੀ ਗੁਰਦੁਆਰਾ ਬਣਾਉਣ ਦੀ ਵੀ ਕਿਸਾਨਾਂ ਦੀ ਸਲਾਹ ਹੈ, ਜੋ ਸ਼ਹੀਦ ਕਿਸਾਨਾਂ ਦਾ ਸ਼ਹੀਦੀ ਸਥਾਨ ਸਾਬਤ ਹੋਵੇਗਾ। ਬਿਊਰੋ ਰਿਪੋਰਟ, ਆਵਾਜ਼ ਕਮ ਟੀਵੀ।